ਹਿਮਾਚਲ ਪ੍ਰਦੇਸ਼ ਦੇ ਇਲਾਕੇ ਬੱਦੀ ਵਿੱਚ ਤੇਜ਼ ਧਾਰ ਹਥਿਆਰਾਂ ਨਾਲ ਇੱਕ ਪ੍ਰਵਾਸੀ ਨੌਜਵਾਨ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਬੀਤੀ ਰਾਤ ਮ੍ਰਿਤਕ ਰਾਜੇਸ਼ ਦੀ ਆਪਣੇ ਗੁਆਂਢੀ ਅਰਜੁਨ ਨਾਲ ਕਿਸੇ ਗੱਲ ਤੋਂ ਤਕਰਾਰ ਹੋ ਗਈ ਸੀ, ਜਿਸ ਦੇ ਚਲਦੇ ਅਰਜੁਨ ਨੇ ਤੇਜ਼ ਧਾਰ ਹਥਿਆਰ ਨਾਲ ਵਾਰ ਕਰਕੇ ਰਾਜੇਸ਼ ਦੀ ਹੱਤਿਆ ਕਰ ਦਿੱਤੀ। ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਆਰੋਪੀ ਨੂੰ ਕਾਬੂ ਕਰ ਲਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰ ਇਹ ਦਾਰੂ ਬਾਤ ਕਰ ਰਹੇ ਥੇ ਰਾਜੇਸ਼ ਨੇ, ਉਸਨੇ ਆਇਆ ਬੋਲਾ ਬਹੁਤ ਜ਼ੋਰ ਜ਼ੋਰ ਸੇ ਬਾਤ ਕਰ ਰਹੇ ਹੋ, ਉਸਨੇ ਬੋਲਾ ਤੁਮ ਡੀਜੇ ਬਜਾਤੇ ਹੋ ਔਰ ਹਮ ਕੁਛ ਨਹੀਂ ਕਹਤੇ ਹੈ, ਮੇਰੇ ਕੋ ਮਨਾ ਕਰ ਰਹੇ ਹੋ, ਅਬ ਤੱਕ ਪਤਾ ਨਾ ਸਰ ਲੜਾਈ ਹੋ ਗਈ। ਕਿਸ ਚੀਜ਼ 'ਚ ਮਾਰਾ ਗਿਆ ਇਸਕੋ? ਇਸਕੋ ਚਾਕੂ ਸੇ। ਚਾਕੂ ਸੇ ਮਾਰ, ਕਿਆ ਨਾਮ ਹੈ ਇਸਕਾ? ਰਾਜੇਸ਼। ਰਾਜੇਸ਼ ਕਿਸ ਨੇ ਮਾਰਾ ਇਸਕੋ? ਉਸਨੇ ਵੋ ਬਿਹਾਰੀ ਨੇ ਸਰ। ਅਬ ਵੋ ਕਹਾਂ ਹੈ ਬਤਾਓ? ਜੈਟ ਮੇ। ਹਿਮਾਚਲ ਤੋਂ ਸੋਨਲ, ਖਬਰ ਹਰ ਪਲ ਇੰਡੀਆ ਲਈ।